ਪੰਜਾਬ 'ਚ ਪਾਰਾ 47 ਡਿਗਰੀ ਨੂੰ ਪਾਰ ਕਰ ਰਿਹਾ ਹੈ, ਜਿਸ ਕਾਰਨ ਗਰਮੀ ਦਾ ਕਹਿਰ ਦਿਨੋ ਦਿਨ ਵੱਧਦਾ ਜਾ ਰਿਹਾ ਹੈ। ਇਹਨਾਂ ਦਿਨਾਂ ਦੌਰਾਨ ਤਾਪਮਾਨ 45 ਤੋਂ 50 ਡਿਗਰੀ ਦੇ ਵਿਚਕਾਰ ਦੇਖਿਆ ਜਾ ਸਕਦਾ ਹੈ। ਵੱਧਦੇ ਤਾਪਮਾਨ ਕਾਰਨ ਹੀਟ ਸਟ੍ਰੋਕ ਕਾਰਨ ਕਈ ਮੌਤਾਂ ਵੀ ਹੋ ਚੁੱਕੀਆਂ ਹਨ। ਪੰਜਾਬ ਵਿੱਚ ਮੌਸਮ ਵਿੱਚ ਤਬਦੀਲੀ ਦਾ ਮੁੱਖ ਕਾਰਨ ਰੁੱਖਾਂ ਦੀ ਘਾਟ ਹੈ। ਵਿਕਾਸ ਦੇ ਨਾਂ 'ਤੇ ਦਰਖਤ ਤਾਂ ਕੱਟੇ ਜਾ ਰਹੇ ਹਨ, ਪਰ ਉਹਨਾਂ ਦੀ ਥਾਂ 'ਤੇ ਨਵੇਂ ਰੁੱਖ ਨਹੀਂ ਲਗਾਏ ਜਾ ਰਹੇ। ਜਿੱਥੇ ਸਾਨੂੰ ਰੁੱਖਾਂ ਤੋਂ ਆਕਸੀਜਨ ਮਿਲਦੀ ਹੈ, ਉੱਥੇ ਹੀ ਵਾਤਾਵਰਨ ਨੂੰ ਠੰਡਾ ਰੱਖਣ ਵਿੱਚ ਵੀ ਰੁੱਖ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸੇ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਬਾਤ ਕਰਦੇ ਹੋਏ, ਜਿੱਥੇ ਪੰਜਾਬ ਦੇ ਲੋਕ ਵੱਧ ਤਾਪਮਾਨ ਕਾਰਨ ਵੱਖ ਵੱਖ ਥਾਵਾਂ 'ਤੇ ਠੰਡੇ ਪਾਣੀ ਦੇ ਪੁਹਾਰਿਆਂ ਦੇ ਪ੍ਰਬੰਧ ਕਰਦੇ ਹਨ, ਉੱਥੇ ਹੀ ਇਸ ਨੌਜਵਾਨ ਨੇ ਪੌਦਿਆਂ ਦਾ ਲੰਗਰ ਲਗਾਇਆ ਅਤੇ ਇਹ ਲੰਗਰ ਲਗਾਤਾਰ 40 ਦਿਨ ਚੱਲੇਗਾ। ਇਸ ਲੰਗਰ 'ਚ ਕੋਈ ਵੀ ਵਿਅਕਤੀ ਸ਼ਾਨਦਾਰ ਫਲਦਾਰ ਪੌਦੇ ਲਿਜਾ ਸਕਦਾ ਹੈ। ਕੌਂਸਲਰ ਰਣਧੀਰ ਸਿੰਘ ਨੇ ਕਿਹਾ ਕਿ ਇਸ ਲੰਗਰ ਤੋਂ ਹਰ ਵਿਅਕਤੀ ਜਿੰਨੇ ਚਾਹੇ ਪੌਦੇ ਲੈ ਸਕਦਾ ਹੈ, ਪਰ ਸ਼ਰਤ ਇੱਕ ਹੋਵੇਗੀ, ਜਿੰਨੇ ਪੌਦੇ ਲੈ ਕੇ ਜਾਵੇਗਾ ਉਹਨਾਂ ਪੌਦਿਆਂ ਦੀ ਸਾਂਭ ਸੰਭਾਲ ਉਸ ਵਿਅਕਤੀ ਦੀ ਹੀ ਹੋਵੇਗੀ। ਇਹ ਪੌਦੇ ਪੰਜਾਬ ਦੇ ਵਾਤਾਵਰਨ ਨੂੰ ਸਾਫ਼ ਸੁਥਰਾ ਅਤੇ ਠੰਡਾ ਰੱਖਣ ਵਿੱਚ ਸਾਡੀ ਮਦਦ ਕਰਨਗੇ। ਇਸ ਮੌਕੇ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਵਿਸ਼ੇਸ਼ ਤੌਰ 'ਤੇ ਬੂਟਿਆਂ ਦੇ ਲੰਗਰ ਦੇ ਵਿੱਚ ਪੁੱਜੇ, ਜਿੱਥੇ ਉਹਨਾਂ ਕਿਹਾ ਕਿ ਲੋਕਾਂ ਨੂੰ ਖਾਣ ਪੀਣ ਦਾ ਲੰਗਰ ਅਤੇ ਦਵਾਈਆਂ ਦਾ ਲੰਗਰ ਲਗਾਇਆ ਜਾਂਦਾ ਹੈ, ਉੱਥੇ ਹੀ ਬੂਟਿਆਂ ਦਾ ਲੰਗਰ ਲਗਾਉਣਾ ਵੀ ਇੱਕ ਨਿਵੇਕਲਾ ਉਪਰਾਲਾ ਦੱਸਿਆ, ਜਿਸ ਦੀ ਸ਼ਲਾਘਾ ਕਰਨੀ ਤਾਂ ਬਣਦੀ ਹੈ। ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਅੱਜ ਦੇ ਮੌਸਮ ਨੂੰ ਦੇਖਦੇ ਹੋਏ ਅਸੀਂ ਵੱਧਦੇ ਤਾਪਮਾਨ ਨੂੰ ਕੰਟਰੋਲ ਕਰਨ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਜ਼ਰੂਰੀ ਸਮਝਦੇ ਹਾਂ, ਔਰ ਲਗਾਉਣੇ ਵੀ ਚਾਹੀਦੇ ਹਨ। ਜੋ ਰੁੱਖ ਲਾਵੇਗਾ ਉਸ ਨੂੰ ਉਸ ਰੁੱਖ ਦੀ ਸੰਭਾਲ ਵੀ ਕਰਨੀ ਪਵੇਗੀ, ਅਤੇ ਉਹਨਾਂ ਵੱਲੋਂ ਹੋਰ ਲੋਕਾਂ ਨੂੰ ਕੀ ਅਪੀਲ ਕੀਤੀ ਗਈ, ਆਓ ਸੁਣਦੇ ਹਾਂ। ਹਾਂਜੀ, ਮੇਰਾ ਨਾਮ ਰਣਧੀਰ ਸਿੰਘ ਬਨੇਕਰ ਹੈ ਜੀ। ਇੱਕ ਅਲੋਖਾ ਤੁਸੀਂ ਬੂਟਿਆਂ ਦਾ ਲੰਗਰ ਸਟਾਰਟ ਕੀਤਾ ਹੈਗਾ ਜੀ, ਇਹ ਵਿਚਾਰ ਕਿਵੇਂ ਆਇਆ? ਵਿਚਾਰ ਵੱਧਦੀ ਗਰਮੀ ਦੇ ਨਾਲ, ਮਤਲਬ ਜਿਹੜਾ ਇਸ ਵਾਰ ਆਪਣਾ ਟੈਂਪਰੇਚਰ ਆ ਇਹ 47 ਡਿਗਰੀ ਨੂੰ ਟੱਪ ਗਿਆ ਹੈ, ਅਤੇ ਇਹਨੂੰ ਨੀਚੇ ਲਾਉਣ ਦਾ ਇੱਕੋ ਇੱਕ ਹੱਲ ਆ, ਦਰਖਤ ਲਗਾਓ ਅਤੇ ਉਹਨਾਂ ਨੂੰ ਸਾਂਭੋ ਜੀ। ਅਤੇ ਇਹਦੇ ਵਿੱਚ ਸਭ ਤੋਂ ਵੱਡਾ ਸਹਿਯੋਗ ਆ ਜਿਹੜਾ ਵਣ ਵਿਭਾਗ ਸਮਰਾਟ ਦਾ, ਵਣ ਗਾਰਡ ਏਕਮ ਸਿੰਘ ਜੀ ਅਤੇ ਹੋਰ ਇਹਨਾਂ ਸਾਰੀ ਟੀਮ ਦਾ, ਇਹਨਾਂ ਨੇ ਬੜਾ ਸਹਿਯੋਗ ਕਰਿਆ ਅਤੇ ਸਾਨੂੰ ਵਧੀਆ ਬੂਟੇ ਦੇ, ਵਧੀਆ ਪਨੀਰੀ ਦੇ ਬੂਟੇ ਸਾਨੂੰ ਉਪਲਬਧ ਕਰਾਏ ਨੇ, ਅਤੇ ਅਸੀਂ ਇਹਨਾਂ ਦਾ ਇੱਕ ਜ਼ਰੀਆ ਹੀ ਬਣਿਆ ਸਾਰਾ, ਮਤਲਬ ਵੀ ਲੋਕਾਂ ਨੂੰ ਅਵੇਲੇਬਲ, ਨੇੜੇ ਸ਼ਹਿਰ ਦੇ ਵਿੱਚ ਅਵੇਲੇਬਲ ਕਰਾਏ ਨੇ ਬੂਟੇ, ਬਸ ਬਾਕੀ ਤਾਂ ਸਾਰਾ ਠੀਕ ਹੈ ਜੀ। ਆਪਣੇ ਕਿਹੜੇ ਕਿਹੜੇ ਬੂਟੇ ਹੈਗੇ? ਬੂਟੇ ਜੀ ਅੰਬ ਦੇ ਹੈਗੇ ਨੇ ਜੀ, ਅਮਰੂਦ ਹੈਗਾ ਜੀ, ਔਲਾ ਹੈਗਾ, ਟਾਲੀ ਹੈਗੀ ਆ, ਨਿੰਮ ਹੈਗੀ ਆ, ਅਤੇ ਹੋਰ ਵੀ ਨਿੰਬੂ, ਕਈ ਵਧੀਆ ਵਧੀਆ ਬੂਟੇ, ਸ਼ਾਮ ਫਲਦਾਰ ਸ਼ਾਮ ਵਾਲੇ ਸਾਰੇ ਹੈਗੇ ਨੇ ਜੀ। ਸਾਰੇ ਸ਼ਹਿਰ ਵਾਸੀ ਨਹੀਂ ਹੈ, ਕਿਸੇ ਇੱਕ ਦਾ ਨਹੀਂ ਹੈਗਾ, ਸਭ ਤੋਂ ਪਹਿਲਾਂ ਪੰਜਾਬ ਸਰਕਾਰ ਦਾ ਬਹੁਤ ਵੱਡਾ ਯੋਗਦਾਨ ਇਹਦੇ ਵਿੱਚ, MLA ਸਾਹਿਬ ਨੇ ਸਾਡਾ ਬਹੁਤ ਮਦਦ ਕੀਤੀ ਆ, ਵਣ ਵਿਭਾਗ ਦੀ ਬਹੁਤ ਵੱਡੀ ਮਦਦ ਆ, NGO ਸਾਰੀਆਂ ਸੰਸਥਾਵਾਂ ਸਾਡੇ ਨਾਲ ਨੇ, ਕੋਈ ਐਸੀ ਗੱਲ ਨਹੀਂ। ਮੇਰਾ ਨਾਮ ਤੇਜਿੰਦਰ ਸਿੰਘ ਆ, ਮੈਂ ਲੜਕੀਆਂ ਵਾਲੇ ਸਕੂਲ ਦੇ ਵਿੱਚ ਡਿਊਟੀ ਕਰਦਾ ਜੀ। ਇਹ ਬੂਟਿਆਂ ਦਾ ਜਿਹੜਾ ਉਪਰਾਲਾ ਹੋਇਆ ਸੀ, ਇੱਥੇ ਲੰਗਰ ਲੱਗਿਆ ਹੋਇਆ ਸੀ, ਬਹੁਤ ਵਧੀਆ ਉਪਰਾਲਾ ਲੱਗਿਆ ਜੀ, ਅਸੀਂ ਇੱਥੋਂ ਬੂਟੇ ਲਿਜਾ ਕੇ ਸਕੂਲ ਦੇ ਵਿੱਚ ਲਾ ਰਹੇ ਹਾਂ ਜੀ। ਕੀ ਇਹਨਾਂ ਬੂਟਿਆਂ ਨੂੰ ਐਂਡ ਤੱਕ ਪਾਲੋਗੇ ਜੀ? ਬਿਲਕੁਲ ਜੀ, ਅਸੀਂ ਐਂਡ ਤੱਕ ਪਾਲਾਂਗੇ, ਸਾਡੇ ਕੋਲ ਮਾਲੀ ਵੀ ਰੱਖਿਆ ਹੋਇਆ ਜੀ, ਐਂ ਦੇਖਭਾਲ ਕਰਾਂਗੇ ਜੀ ਵਧੀਆ, ਬਹੁਤ ਵਧੀਆ ਲੱਗਿਆ ਜੀ। ਕਿਹੜਾ ਕਿਹੜਾ ਬੂਟਾ ਲੈ ਕੇ ਚੱਲੇ? ਅਸੀਂ ਅੰਬ ਦਾ, ਟਾਲੀ ਦਾ ਅਤੇ ਬਿੱਲ ਦਾ ਅਤੇ 1-2 ਫੁੱਲਾਂ ਦੇ ਲੈ ਕੇ ਚੱਲੇ ਹਾਂ ਜੀ। ਦੇਖੋ ਜੀ, ਇੱਕ ਬੜਾ ਸ਼ਲਾਘਾਯੋਗ ਕਦਮ ਆ ਇਹ, ਜਿੱਥੇ ਆਪਾਂ ਦੇਖਦੇ ਹਾਂ ਆਮ ਖਾਣੇ ਦਾ ਲੰਗਰ
ਅਤੇ ਲੋਕ ਅੱਜ ਕੱਲ੍ਹ ਦਵਾਈਆਂ ਦਾ ਲੰਗਰ ਲਾਉਂਦੇ ਨੇ ਉੱਥੇ ਰਣਧੀਰ ਸਿੰਘ ਧੀਰੇ ਵੱਲੋਂ ਜਿਹੜਾ 40 ਦਿਨ ਇਹ ਲੰਗਰ ਚੱਲੂਗਾ ਬੂਟਿਆਂ ਦਾ ਲੰਗਰ ਆ ਤੁਹਾਨੂੰ ਪਤਾ ਵੀ ਅੱਜ ਦਾ ਜੋ ਮਾਹੌਲ ਆ ਆਪਾਂ ਦੇਖਿਆ ਵੀ ਜਿੰਨੀ ਗਰਮੀ ਪੈ ਰਹੀ ਆ ਅੱਗ ਪੈ ਰਹੀ ਹੈ ਨਾ ਅਤੇ ਪਿਛਲੇ ਦਿਨ ਤਾਂ ਪੰਜਾਬ ਦਾ ਮਤਲਬ ਸਭ ਤੋਂ ਜਿਹੜਾ ਗਰਮ ਸ਼ਹਿਰ ਸੀ ਆਪਣਾ ਸਮਰਾਲਾ ਤੁਹਾਨੂੰ ਪਤਾ ਲੱਗੇ ਪਤਾ ਹੀ ਲੱਗਿਆ ਹੋਣਾ ਅਤੇ ਬੂਟਿਆਂ ਦੀ ਬਹੁਤ ਲੋੜ ਆ ਤੁਹਾਨੂੰ ਪਤਾ ਵੀ ਜਿਹੜੇ ਬੂਟੇ ਨੇ ਉਹਨਾਂ ਦੀ ਗਿਣਤੀ ਬਹੁਤ ਘੱਟ ਆ ਜਿਸ ਹਿਸਾਬ ਨਾਲ ਚਾਹੀਦੇ ਨੇ ਅਤੇ ਇੱਕ ਬਹੁਤ ਵਧੀਆ ਪਹਿਲ ਆ ਮੇਰੇ ਵੀਰ ਦੀ ਅਤੇ ਮੈਂ ਵਧਾਈ ਦਾ ਪਾਤਰ ਹਾਂ ਇਸ ਵਾਸਤੇ ਅਤੇ ਮੈਂ ਬਾਕੀ ਲੋਕਾਂ ਨੂੰ ਵੀ ਕਹੂੰਗਾ ਵੀ ਕਮ ਸੇ ਕਮ ਜੇ ਬਹੁਤ ਦਿਨ ਤਾਂ ਇੱਕ ਇੱਕ ਦੋ ਦੋ ਬੂਟੇ ਜ਼ਰੂਰ ਲਾਉਣ ਜੋ ਬੜੀ ਲੋੜ ਆਪਾਂ ਨੂੰ ਜੋ ਅੱਜ ਦੇ ਟਾਈਮ ਵਿੱਚ ਆਪਾਂ ਜਿਸ ਹਿਸਾਬ ਨਾਲ ਟੈਂਪਰੇਚਰ ਵੱਧ ਰਿਹਾ ਅਤੇ ਵਧਾਈ ਦਾ ਪਾਤਰ ਆ ਭਰਾ ਮੇਰਾ ਅਤੇ ਬਾਕੀ ਸਾਰੇ ਭਰਾਵਾਂ ਨੂੰ ਬਹੁਤ ਵੱਧ ਰੁੱਖ ਲਗਾਓ ਦੇਖੋ ਜੀ ਅਸੀਂ ਪਿਛਲੇ ਸਾਲ 58,000 ਬੂਟਾ ਲਾਇਆ ਇੱਕ ਮਾਛੋਰਾ ਖਾਮ ਜੰਗਲ ਦੇ ਵਿੱਚ ਛੋਟੇ ਛੋਟੇ ਜੰਗਲ ਤਾਂ ਪਿੰਡਾਂ 'ਚ ਲੱਗੇ ਹੋਏ ਨੇ ਜਿਵੇਂ ਭੰਗਲਾ ਪਿੰਡ ਹੋ ਗਿਆ ਅਤੇ ਕਈ ਪਿੰਡਾਂ 'ਚ ਨੇ ਮੰਨ ਲਓ ਜੰਗਲ ਲੱਗੇ ਅਤੇ ਹੁਣ ਅਸੀਂ ਇੱਕ ਛੋਟੇ ਜੰਗਲ ਜਿਹੜੇ ਆਧੁਨਿਕ ਤਕਨੀਕ ਦੇ ਨਾਲ ਜਿਹਨੂੰ ਕਹਿੰਦੇ ਮੀਆਂ ਬਾਕੀ ਤਕਨੀਕ ਕਹਿੰਦੇ ਨੇ ਅਤੇ ਉਹ ਲਵਾ ਰਹੇ ਹਾਂ ਪੂਰੇ ਸਮਰਾਲੇ ਦੇ ਵਿੱਚ ਅਤੇ ਅੱਜ ਮੇਰੀ ਮੀਟਿੰਗ ਵੀ ਹੈ ਸਪੈਸ਼ਲੀ ਇਹਦੇ ਸੰਬੰਧ ਨਾਲ ਮਨਰੇਗਾ ਅਧਿਕਾਰੀਆਂ ਦੇ ਨਾਲ ਅਤੇ ਉਹ ਵੱਧ ਤੋਂ ਵੱਧ ਜੰਗਲ ਜਿੰਨੇ ਲੱਗ ਸਕਦੇ ਨੇ ਆਪਣੇ ਸਮਰਾਲੇ ਦੇ ਵਿੱਚ ਇੱਕ ਤਾਂ ਰੁਜ਼ਗਾਰ ਮਿਲੂਗਾ ਮਨਰੇਗਾ ਦੇ ਅਧੀਨ ਪਿੰਡ ਵਾਸਤੇ ਆਪਣੇ ਸੋਰੀ ਸਮਰਾਲੇ ਦੇ ਇਲਾਕੇ ਦੇ ਲੋਕਾਂ ਨੂੰ ਅਤੇ ਦੂਜੀ ਗੱਲ ਆ ਜਦੋਂ ਜੰਗਲ ਲੱਗਣਗੇ ਹੈ ਨਾ ਤਪਸ ਘਟੂਗੀ ਅਤੇ ਪਰਮਾਤਮਾ ਵੱਲੋਂ ਵਧੀਆ ਕੰਮ ਕਰਨ ਵਾਸਤੇ ਮੌਕਾ ਮਿਲਿਆ ਸਾਨੂੰ ਸਾਰਿਆਂ ਨੂੰ।